ਐਬਸੋਲੂਟ ਪੰਜਾਬ ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਐਪੀਆ ਮੇਰੇ ਵੱਲੋਂ ਸਵਾਗਤ ਤੇ ਤੁਹਾਨੂੰ ਪਤਾ ਹੀ ਹੋਣਾ ਮੇਰਾ ਨਾਮ ਹਰਨੇਕ ਰਾਏ ਆ ਤੇ ਆਪਾਂ ਪਿਛਲੇ ਜਿਹੜੇ ਸਾਬਕ ਬਣਾਏ ਸੀਗੇ ਉਹਦੇ ਵਿੱਚ 35 ਅੱਖਰ ਤੇ ਉਹਨਾਂ ਦੇ ਥੱਲੇ ਜਿਹੜੇ ਪੰਜ ਅੱਖਰਾਂ ਦੇ ਥੱਲੇ ਬਿੰਦੀ ਆ ਮੈਂ ਤੁਹਾਨੂੰ ਦੱਸੇ ਕਿ ਚੇਕ ਰਹੁੰਦੇ ਆ ਤੇ ਉਸ ਤੋਂ ਬਾਅਦ ਆਪਾਂ ਮੁਕਤਾ ਜਿੱਥੇ ਕੋਈ ਸਾਈਨ ਵਗੈਰਾ ਨਹੀਂ ਲੱਗਾ ਹੁੰਦਾ ਉਹ ਥੋੜੇ ਜਿਹੇ ਅੱਖਰ ਪਿਛਲੇ ਸਬਕ ਤੇ ਵਿੱਚ ਆਪਾਂ ਸਿੱਖੇ ਸੀ ਤੇ ਅੱਜ ਆਪਾਂ ਜਿਹੜੇ ਥੋੜੇ ਮੁਕਤੇ ਵਾਲੇ ਅੱਖਰ ਤੇ ਉਹਦੇ ਨਾਲ ਜਿਹੜਾ ਪਹਿਲਾ ਸਾਇਨ ਹੈਗਾ ਕੰਨਾ ਉਹ ਆਪਾਂ ਸ਼ੁਰੂ ਕਰਾਂਗੇ ਤੇ ਜਿਹੜੇ ਅੱਖਰ ਕੋਈ ਸਾਇਨ ਨਹੀਂ ਲੱਗਦਾ ਆਪਾਂ ਪਿਛਲੇ ਸਬਕ ਦੇ ਵਿੱਚ ਡਿਟੇਲ ਨਾਲ ਦੇਖਿਆ ਸੀ ਥੋੜੇ ਬਹੁਤੇ ਅੱਖਰ ਆਪਾਂ ਫੇਰ ਜਿਹੜੇ ਮੁਕਤੇ ਨਾਲ ਹੁੰਦੇ ਆ ਉਹ ਇੱਕ ਦੋ ਅੱਖਰ ਆਪਾਂ ਫਿਰ ਲਹਿਕੇ ਤੇ ਆਪਾਂ ਪਹਿਲਾ ਜਿਹੜਾ ਪੰਜਾਬੀ ਦਾ ਸਾਈਨ ਆ ਮਾਤਰਾ ਵਗੈਰਾ ਜਿਹਨੂੰ ਆਪਾਂ ਲਗਾ ਜਾ ਮਾਤਰਾ ਕਹਿੰਦੇ ਆ ਆ ਜਿਹੜੀ ਆਵਾਜ਼ਾਂ ਬਣਾਉਣੇ ਲਈ ਅੱਖਰਾਂ ਤੋਂ ਸਾਨੂੰ ਵਰਤਣੀਆਂ ਪੈਣੀਆਂ ਉਹ ਪਹਿਲਾ ਜਿਹੜਾ ਲਗਾ ਮਾਤਰਾ ਦੇ ਵਿੱਚ ਨੰਬਰ ਆਉਂਦਾ ਉਹ ਹੈਗਾ ਕੰਨਾ ਤੇ ਆਪਾਂ ਥੋੜੇ ਜਿਹੇ ਅੱਖਰ ਕਿਸੇ ਵੀ ਲਗਾ ਮਾਤਰਾ ਤੋਂ ਬਿਨਾ ਤੇ ਬਾਕੀ ਕੰਨੇ ਦੇ ਨਾਲ ਜਿਹੜੀ ਆ ਅੱਜ ਉਹ ਥੋੜਾ ਬਹੁਤ ਲਿਖਾਂਗੇ ਪਹਿਲਾ ਅੱਖਰ ਆਪਾਂ ਕੋਈ ਵੀ ਪਿਕ ਕਰ ਸਕਦੇ ਹਾਂ ਸਾਨੂੰ ਜ਼ਰੂਰੀ ਨਹੀਂ ਹੈ ਕਿ ਕਿਹੜਾ ਅੱਖਰ ਆਪਾਂ bắtਣਾ ਕੋਈ ਵੀ ਅੱਖਰ ਤੁਸੀਂ ਪਿਕ ਕਰ ਸਕਦੇ ਹੋ ਆਪਣੇ ਦਿਮਾਗ 'ਚ ਵੀ ਤੁਸੀਂ ਸੋਚ ਸਕਦੇ ਕਿ ਕਿਹੜਾ ਅੱਖਰ ਆਪਾਂ ਪਹਿਲਾਂ ਲਿਖਣਾ ਤੇ ਆਪਾਂ ਸ਼ੁਰੂ ਕਰਦੇ ਹਾਂ ਪਹਿਲੇ ਅੱਖਰ ਤੋਂ ਸੁਣਿਆ ਹੁਣ ਨਾ ਹੁੰਦਾ ਹਰਦਮ ਹਾ ਹਾ ਰਾਰਾ ਦਦਾ ਮਮਾ ਹਰਦਮ ਹ ਅ ਰਾਰਾ ਹਰ ਦਦਾ ਦ ਮਮਾ ਹਰਦਮ ਫੇਰ ਇਹ ਪੰਜਾਬ ਦਾ ਬੜਾ ਮਸ਼ਹੂਰ ਹਾਕੀ ਦਾ ਖਿਡਾਰੀ ਹੋਇਆ ਪ੍ਰਗਟ ਸਿੰਘ ਆ ਲੈ ਲੈਂਦੇ ਆ ਪ੍ਰਗਟ ਹੁਣ ਸਾਊਂਡ ਤੁਸੀਂ ਆਵਾਜ਼ ਜਿਹੜੀ ਆ ਉਹ ਆਪ ਥੋੜੀ ਬਹੁਤੀ ਸੋਚਣੀ ਸ਼ੁਰੂ ਕਰਨੀ ਆ ਕਿ ਪਾਰਗਠ ਲਈ ਪ ਪੱਪਾ ਹੁੰਦਾ ਪਹਿਲਾਂ ਵੀ ਆਪਾਂ ਯੂਜ਼ ਕੀਤਾ ਵਰਤਿਆ ਇਥੇ ਰਾਰਾ ਫੇ ਪਰ ਰਾਰਾ ਜਿੱਥੇ ਗ ਗੱਗਾ ਤ ਤੈਂਕਾ ਪਾਰਗਠ ਇਹਦੇ ਨਾਲ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਕੰਨਾ ਆ ਉਹਦੇ ਆਪਾਂ ਥੋੜਾ ਜਿਹਾ ਇਹ ਅੱਖਰ ਜਿਹੜੇ ਸ਼ੁਰੂ ਕਰਨੇ ਆ ਕੰਨਾ ਜਿਹੜਾ ਆ ਉਹ ਅੱਖਰ ਤੋਂ ਬਾਅਦ ਚੋਂਦਾ ਕੰਨਾ ਜਿੱਥੇ ਵੀ ਆਪਾਂ ਲਾਉਣਾ ਅੱਖਰ ਤੋਂ ਬਾਦ ਚ ਲਾਉਣਾ ਕਰ ਪਹਿਲਾਂ ਲਿਖਣਾ ਫਿਰ ਬਾਦ ਚ ਲਾਉਣਾ ਤੇ ਇਹ ਸਾਨੂੰ ਆ ਦੀ ਆਵਾਜ਼ ਦਿੰਦਾ ਆਪਾਂ ਅ ਥੋੜੇ ਬਹੁਤ ਹੁਣ ਜਿਹੜੀਆਂ ਆਪਾਂ ਇੱਕ ਦੋ ਅੱਖਰ ਆ ਦੇਖਾਂਗੇ ਲੈ ਕੇ ਆ ਦੀ ਆਵਾਜ਼ ਜਿਹੜੀ ਉਹ ਬਣਦੀ ਜਿਸ ਤਰ੍ਹਾਂ ਪਹਿਲਾਂ ਆਪਾਂ ਅੱਖਰ ਮੁਕਤਾ ਤੋਂ ਵੀ ਸ਼ੁਰੂ ਕਰ ਸਕਦੇ ਹਾਂ ਜਿੱਦਾਂ ਸੀ ਜੇ ਆਪਾਂ ਲਿਖੀਏ ਜੱਜਾ ਗੱਗਾ ਤਤ ਇਹ ਬਣ ਜਾਂਦਾ ਜਾਗਤ ਜਾਗਤ ਤਾਂ ਤੁਹਾਨੂੰ ਪਤਾ ਹੀ ਆ ਸਾਰੀ ਦੁਨੀਆ ਜਿਹਦਾ ਆਪਾਂ ਕਹਿੰਦੇ ਆ ਪਰ ਆਪਾਂ ਜੇ ਇਹਨੂੰ ਹੁਣ ਲਿਖਣਾ ਹੋਵੇ ਜਗਰਾਤਾ ਤਾਂ ਆਪਾਂ ਲਿਖਣਾ ਜਿਜਾ ਗੱਗਾ ਰਾਰੇ ਨੂੰ ਕੰਨਾ ਤੱਤਾ ਤੱਤੇ ਨੂੰ ਕੰਨਾ ਤੇ ਥੋੜੀਆ ਖਿਆਲ ਰੱਖਣਾ ਕਿ ਜਿਹੜਾ ਰਾਰਾ ਆ ਤੇ ਗੱਗਾ ਤੇ ਰਾਰੇ ਨੂੰ ਕੰਨਾ ਇਹ ਇਹ ਦਾ ਥੋੜਾ ਜਿਹਾ ਖਿਆਲ ਰੱਖਣਾ ਕਿਉਂਕਿ ਜਿਹੜਾ ਗੱਗਾ ਲਿਖਣਾ ਤਾਂ ਆਹ ਜਿਹੜੀ ਲਾਈਨ ਆ ਇਹ ਗੱਗੇ ਦੇ ਬਰਾਬਰ ਹੋਣੀ ਆ ਤੇ ਇਹ ਬਣਦਾ ਗੱਗਾ ਜੋ ਰਾਰੇ ਨੂੰ ਕੰਨਾ ਪਾਉਣਾ ਤਾਂ ਇਹ ਕੰਨਾ ਜਿਹੜਾ ਥੋੜਾ ਜਿਹਾ ਅੱਖਰ ਨਾਲੋਂ ਛੋਟਾ ਹੁੰਦਾ ਇਹ ਸਿਰਫ ਰਾਰੇ ਨੂੰ ਕੰਨਾ ਦਾ ਗੱਗੇ ਦਾ ਹੀ ਭਲੇਖਾ ਪੈ ਸਕਦਾ ਬਾਕੀ ਅੱਖਰਾਂ ਦਾ ਕਿਤੇ ਭਲੇਖਾ ਨਹੀਂ ਪੈਂਦਾ ਤੇ ਇਹਦੇ ਨਾਲ ਆਪਾਂ ਕਹੋੜ ਕੰਨੇ ਵਾਲਾ ਛੋਟਾ ਜਿਹਾ ਸੌਖਾ ਅੱਖਰ ਬਰਤਲੇ ਜਦੋਂ ਮੈਂ ਪਹਿਲਾ ਅੱਖਰ ਕਹਿਣਾ ਕੋਈ ਵੀ ਤੇ ਤੁਸੀਂ ਪੰਜਾਬੀ ਸਿੱਖਣ ਦੇ ਵਿਦਿਆਰਥੀ ਜਾਂ ਪੰਜਾਬੀ ਸਿੱਖਣ ਵਾਲੇ ਜਿਹੜੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਸੋਚਣਾ ਕਿ ਇੱਥੇ ਕੀ ਲੱਗ ਸਕਦਾ ਕੀ ਅੱਖਰ ਬਣਾਉਣ ਲਈ ਕੰਨਾ ਤੇ ਕਿਹਦੇ ਕਿਹੜੇ ਅੱਖਰ ਲਿਖਣੇ ਹੁਣ ਇੱਕ ਆਪਣੇ ਜਿੱਦਾਂ ਭੰਗੜਾ ਪੰਜਾਬੀ ਦਾ ਅੱਖਰ ਆ ਤੁਹਾਨੂੰ ਪਤਾ ਭੰਗੜੇ ਦੇ ਵੀ ਕਾਫੀ ਸਟਾਈਲ ਹੁੰਦੇ ਆ ਲੁੱਡੀ ਝੂਮਰ ਤਮਾਲ ਵੈਸੇ ਮੈਂ ਭੰਗੜੇ ਬਾਰੇ ਗੱਲ ਨਹੀਂ ਕਰਨੀ ਪਰ ਆਪਾਂ ਅੱਖਰ ਲਿਖਣਾ ਤਮਾਲ ਹੁਣ ਤਮਾਲ ਦਾ ਤੁਹਾਨੂੰ ਪਤਾ ਵੇ ਤਮਾਲ ਪਹਿਲਾਂ ਤ ਤਦਾ ਫੇਰ ਮ ਮਾ ਲਗਣਾ ਮਾ ਫੇਰ ਅਖੀਰ ਤੇ ਲਗਣਾ ਲੱਲਾ ਪਰ ਆਪਾਂ ਜੇ ਇਦਾਂ ਲਿਖ ਦਿੱਤਾ ਤਦਾ ਮੰਮਾ ਇਹ ਬਣ ਜਾਂਦਾ ਤਮਲ ਪਰ ਆਪਾਂ ਲਿਖਣਾ ਹੈਗਾ ਆ ਤਮਾਲ ਫੇਰ ਹੁਣ ਤੁਹਾਨੂੰ ਮੈਂ ਦੱਸਿਆ ਸੀ ਕਿ ਕੰਨਾ ਜਿਹੜਾ ਉਹ ਅੱਖਰ ਤੋਂ ਮਗਰੋਂ ਲੱਗਦਾ ਇਸ ਕਰਕੇ ਆਪਾਂ ਤ ਮ ਇਹਨੂੰ ਮਾ ਕਰਨ ਲਈ ਕੰਨਾ ਇਹ ਬਣ ਗਿਆ ਤਮਾਲ ਤੇ ਫੇਰ ਆ ਤੁਹਾਨੂੰ ਪਤਾ ਹੈ ਕਈ ਵਾਰੀ ਆਪਾਂ ਅਖਰ ਵਰਤਦੇ ਆ ਡਰਾਮੇ ਵਗੈਰਾ ਲਈ ਜਦਾ ਤਮਾਸ਼ਾ ਕਈ ਸਿਆਣੇ ਲੋਕ ਨਿਆਣਾਂ ਨੂੰ ਵੀ ਕਹਿੰਦੇ ਜੇ ਤਾਂ ਵਗਾਰਾ ਜਿਆਦਾ ਟੱਪਦੇ ਨੱਚਦੇ ਫਿਰਦੇ ਆ ਬਿਨਾਂ ਗੱਲੋਂ ਤਨਿਆਣੇ ਨੂੰ ਝਟਕਾ ਮਾਰ ਲਈ ਸਿਆਣੇ ਬੰਦੇ ਕਹਿੰਦੇ ਉਹ ਕੀ ਤੁਸੀਂ ਤਮਾਸ਼ਾ ਇੱਥੇ ਕਰੀ ਜਾਂਦੇ ਆ ਤੇ ਤਮਾਸ਼ਾ ਚੇਤਾ ਰੱਖਣਾ ਤਸਤਾ ਫੇਰ ਮੰਮਾ ਹੁਣ ਆਪਾਂ ਬਣਾਉਣਾ ਤਮਾ ਮਾ ਕੰਨਾ ਮੈਨੂੰ ਤਮਾਸ਼ਾ ਸਸਾ ਇਹ ਬਣ ਜਾਣਾ ਸ ਪਰ ਆਪਾਂ ਲਿਖਣਾ ਸ਼ ਤੁਹਾਨੂੰ ਚੇਤਾ ਹੋਣਾ ਆਪਾਂ ਸ ਸੇ ਪੈਰ ਬਿੰਦੀ ਸ਼ ਬਿੰਦੀ ਤੇ ਕੰਨਾ ਇਹ ਬਣ ਗਿਆ ਤਮਾਸ਼ਾ ਅਗਲਾ ਸਾਈਨ ਜਿਹੜਾ ਹੋ ਸਿਹਾਰੀ ਆ ਫੇ ਬਿਹਾਰੀ ਆ ਤੇ ਆਪਾਂ ਮੈਂ ਇਹਦੇ ਉਹਦੇ ਬਾਰੇ ਅ ਅੱਜ ਬਿਲਕੁਲ ਗੱਲ ਨਹੀਂ ਕਰਾਂਗਾ ਕਿ ਤੁਹਾਨੂੰ ਥੋੜੇ ਬੋਤਾ ਮਿਕਸ ਹੋ ਜਾਣਾ ਕਿ ਚੇਤਾ ਰੱਖਣ ਲਈ ਉਹ ਅਗਲੇ ਹਫ਼ਤੇ ਦੇ ਵਿੱਚ ਮੈਂ ਜਿਹੜਾ 2-4 ਦਿਨਾਂ ਦੇ ਵਿੱਚ ਪਾਵਾਂਗਾ ਉਹਦੇ ਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਤਦ ਤੱਕ ਤੁਸੀਂ ਆਪਣਾ ਜਿਹੜਾ ਇਹ ਹੋਮਵਰਕ ਕਰਦੇ ਰਹਿਣਾ ਕੋਈ ਕਮੈਂਟ ਹੋਵੇ ਕੋਈ ਪੁੱਛਣਾ ਹੋਵੇ ਮੈਨੂੰ ਤੁਸੀਂ ਕਮੈਂਟ ਦੇ ਵਿੱਚ ਜਿਹੜੀ ਪੋਸਟ ਜਿਹੜੀ ਵੀਡੀਓ ਪਾਈ ਹੋਣੀ ਆ ਉੱਥੇ ਤੁਸੀਂ ਪੁੱਛ ਸਕਦੇ ਹੋ ਤਦ ਤੱਕ ਲਈ ਖੁਸ਼ ਰਹੋ ਆਪਾਂ ਫੇਰ ਆਂਗਾ